ਆਮ ਆਦਮੀ ਪਾਰਟੀ ਦੇ ਤਲਵਨ ਰੋਡ ਫਿਲੌਰ ਸਥਿਤ ਦਫ਼ਤਰ ਵਿਖੇ ਦੋ ਧਿਰਾਂ ਦਾ ਫੈਸਲਾ ਕਰਵਾਉਣ ਲਈ ਪਹੁੰਚੇ ਆਪ ਆਗੂ 'ਤੇ ਹਮਲਾ ਕਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸਿਵਲ ਹਸਪਤਾਲ ਫਿਲੌਰ ਵਿਖੇ ਇਲਾਜ ਅਧੀਨ ਡਾਕਟਰ ਬਲਜੀਤ ਸ਼ੋਕਰ ਨੇ ਦੱਸਿਆ ਕਿ ਲੜਕੀ ਅਤੇ ਲੜਕੇ ਦੇ ਪਰਿਵਾਰ ਵਿਚਕਾਰ ਫੈਸਲੇ ਦੀ ਗੱਲ ਚੱਲ ਰਹੀ ਸੀ। ਇਸ ਦੌਰਾਨ ਲੜਕੇ ਪਰਿਵਾਰ ਦੇ ਇਕਬਾਲਜੀਤ ਸਿੰਘ ਨੇਤੇ ਉਸ ਦੇ ਪੁੱਤਰ ਜਗਜੀਤ ਸਿੰਘ ਵੱਲੋਂ ਰਾਜੀਨਾਮੇ 'ਚ ਆਏ ਵਿਅਕਤੀਆਂ ਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਸੰਬੰਧੀ ਜਦੋਂ ਉਹਨਾਂ ਨੇ ਗਾਲੀ ਗਲੋਚ ਕਰਨ ਤੋਂ ਰੋਕਿਆ ਤਾਂ ਉਸ ਤੋਂ ਬਾਅਦ ਗੁੱਸੇ ਵਿੱਚ ਆਏ ਜਗਜੀਤ ਸਿੰਘ ਅਤੇ ਉਸ ਦੇ ਪਿਤਾ ਇਕਬਾਲਜੀਤ ਸਿੰਘ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਗਲ ਵਿੱਚ ਪਈ ਸੋਨੇ ਦੀ ਚੈਨੀ ਖਿੱਚ ਲਈ ਅਤੇ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ। ਬਲਜੀਤ ਸਿੰਘ ਸ਼ੋਕਰ ਨੇ ਦੱਸਿਆ ਕਿ ਮੌਕੇ 'ਤੇ ਲੋਕਾਂ ਨੇ ਇਕਬਾਲਜੀਤ ਸਿੰਘ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਧਰ ਫਿਲੌਰ ਥਾਣੇ ਦੇ ਥਾਣੇਦਾਰ ਸੁਰਿੰਦਰਪਾਲ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਬਲਜੀਤ ਸਿੰਘ ਸ਼ੌਕਰ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜੀ, ਅੱਜ ਨੂੰ ਸਵੇਰੇ ਕਰੀਬ 12:30 ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਆਮ ਆਦਮੀ ਪਾਰਟੀ ਦੇ ਇੱਕ ਕੰਪਰੋਮਾਈਜ਼ ਚੱਲਦਾ ਸੀ। ਉਹ ਕੰਪਰੋਮਾਈਜ਼ ਦੇ ਵਿੱਚ ਦੋਨੇ ਧਿਰਾਂ ਆਈਆਂ ਸੀ ਅਤੇ ਉਹਦੇ ਵਿੱਚ ਜਿਹੜੇ ਮੁੰਡੇ ਵਾਲ ਦਾ ਪਾਸਾ ਸੀ ਨਾ, ਭੈਣੀ ਜੋ ਆ ਅਤੇ ਜੱਗਾ ਆਇਆ ਕੋਈ ਮੁੰਡਾ ਅਤੇ ਉਹਦਾ ਡੈਡੀ ਇਕਬਾਲਜੀਤ ਸਿੰਘ, ਸ਼ਾਇਦ ਇੱਦਾਂ ਕੋਈ ਨਾਮ ਆ। ਉਹ ਦੋਨੋਂ ਦੂਜੀ ਪਾਰਟੀ ਨੂੰ ਗਲਤ ਬੋਲਣ ਲੱਗ ਪਏ ਪਹਿਲਾਂ, ਅਤੇ ਨਾਲ ਹੀ ਜਿੰਨੇ ਮੋਹਤਵਾਰ ਬੈਠੇ ਸੀ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗ ਪਏ। ਜਦੋਂ ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਯਾਰ ਇੱਦਾਂ ਨਹੀਂ ਬੋਲੀ ਜਾਣਾ। ਉਹ ਦੋਨੇ ਵੀ ਪੁੱਤ ਮੈਨੂੰ ਪਤਾ ਵੀ ਨਹੀਂ ਲੱਗਾ, ਇੱਕ ਨੇ ਮੈਨੂੰ ਫੜ ਲਿਆ, ਇੱਕ ਨੇ ਮੇਰੇ ਸਿਰ 'ਚ ਅਤੇ ਇੱਥੇ ਕੜੇ ਮਾਰਨੇ ਸ਼ੁਰੂ ਕਰ ਦਿੱਤੇ। ਅਤੇ ਪੰਜਾਬ ਦੇ ਵਿੱਚ ਉਹਦਾ ਮੁੰਡਾ ਜਿਹੜਾ ਆ, ਜਦੋਂ ਭੱਜਣ ਲੱਗਾ ਸੀ ਉਹਦਾ ਬਾਪੂ ਦਾ ਫੜ ਲਿਆ, ਇੱਥੇ ਫੜ ਕੇ ਪੁਲਿਸ ਨੂੰ ਫੜਾਤਾ ਆ, ਅਤੇ ਉਹ ਗਲ 'ਚੋਂ ਚੈਨੀ ਵੀ ਤੋੜ ਕੇ ਨਾਲ ਭੱਜ ਗਿਆ, ਜਿੱਦਾਂ ਨਸ਼ੇ ਨੁਸ਼ੇ ਵਾਲਾ ਲੱਗਦਾ। ਜਦੋਂ ਚੋਰੀਆਂ ਚੋਰੀਆਂ ਪਹਿਲਾਂ ਸੋਨੇ ਦੀ ਚੈਨੀ ਸੀਗੀ, ਅਤੇ ਪਹਿਲਾਂ ਵੀ ਉੱਥੇ ਕਈ ਨਸ਼ੇ ਦੇ ਇੱਦਾਂ ਦੇ ਪਰਚੇ ਪੁਰਚੇ ਹੈਗੇ, ਪਤਾ ਲੱਗਾ ਕਹਿੰਦੇ ਹੁਣ ਦਾ ਉੱਥੇ, ਕਹਿੰਦੇ ਉੱਥੇ ਤਾਂ ਕਾਫੀ ਪਰਚੇ ਆ ਦਰਾਇਆ ਢਾਣੇ 'ਚ ਨਸ਼ਿਆਂ ਦੇ ਆ, ਇੱਥੇ ਫਲੋਰ ਵੀ ਹੈਗੇ ਆ, ਕਹਿੰਦਾ ਹੋਰ ਵੀ ਕਈ ਕੇਸੂ ਚੱਲਦੇ ਚੋਰੀਆਂ ਚੋਰੀਆਂ ਮਤਲਬ। ਉਹ ਪੁਲਿਸ ਨੂੰ ਫੜਾਤੀ ਜੀ, ਪੁਲਿਸ ਨੇ ਫੜਾ ਕੇ ਮੌਕੇ 'ਤੇ ਕੋਈ ਐਸ ਆਈ ਕਹਿ ਸੁਰਿੰਦਰ ਸਿੰਘ ਸੀ, ਕਹਿ ਉਹ ਆ ਕੇ ਲੈ ਗਿਆ ਇੱਥੋਂ, ਉਹਨਾਂ ਨੂੰ ਫੜ ਕੇ ਬਿਠਾ ਲਏ, ਦਫ਼ਤਰ ਹੀ ਬਿਠਾ ਲਿਆ ਜੀ। ਬਸ ਉਹਨਾਂ ਦੀ ਜੋ ਬਣਦੀ ਕਾਨੂੰਨੀ ਕਾਰਵਾਈ ਹੋ ਜਾਊਗੀ, ਜੋ ਬਣਦੀ ਹੈ ਅਤੇ ਸਖ਼ਤ ਹੋਣੀ ਚਾਹੀਦੀ ਹੈ, ਕਿਉਂਕਿ ਜੇ ਇੱਦਾਂ ਹਰ ਇੱਕ ਫੈਸਲਿਆਂ ਦੇ ਵਿੱਚ ਇੱਦਾਂ ਦੇ ਮਾੜੇ ਬੰਦੇ ਜਾ ਕੇ ਗਲਤ ਹਰਕਤਾਂ ਕਰਨਗੇ, ਮੁੜ ਕੇ ਤਾਂ ਕੋਈ ਫੈਸਲੇ ਕਰਾਉਣ ਵੀ ਨਹੀਂ ਚਾਹੂੰਗਾ। ਜਾਂ ਤਾਂ ਕਿਸੇ ਦੀ ਕੋਈ ਹੋਵੇ ਲਾਗ ਡਾਟ, ਤਾਂ ਗੱਲੇ ਨਹੀਂ ਪਤਾ। ਅਸੀਂ ਤਾਂ ਸਮਝਾਉਂਦੇ ਸੀ, ਮੈਂ ਤਾਂ ਉਹਨਾਂ ਨੂੰ ਅਖੀਰ ਤੱਕ ਕਹੀ ਕਿ ਮੇਰਾ ਵੀਰ ਲੜੀ ਤਾਂ ਨਹੀਂ, ਛੱਡੋ, ਮੈਨੂੰ ਕੀ ਪਤਾ ਉਹਨੇ ਮੇਰੇ ਮਾਰ ਦੇਣਾ ਨਹੀਂ, ਦੋਨਾਂ ਨੇ ਕੀ ਸੋਚਿਆ। ਮੈਂ ਸੁਰਿੰਦਰਪਾਲ ਥਾਣਾ ਫਲੋਰ ਤਨਾਤਾ। ਅੱਜ ਸਾਨੂੰ ਇੱਕ ਟੈਲੀਫੋਨ ਕਾਲ ਆਈ ਸੀਗੀ ਵੀ ਤਲਵਨ ਰੋਡ 'ਤੇ ਆਮ ਪਾਰਟੀ ਦਫ਼ਤਰ ਕੋਈ ਆਪਸੀ ਦੋਹਾਂ ਪਾਰਟੀਆਂ ਦਾ ਰਾਜੀਨਾਮੇ ਸੰਬੰਧੀ ਗੱਲ ਚੱਲਦੀ ਸੀਗੀ, ਜੋ ਕਿ ਉਹਨਾਂ ਦਾ ਆਪਸੀ ਲੜਾਈ ਝਗੜਾ ਹੋ ਗਿਆ। ਹੁਣ ਮੈਂ ਬਿਆਨ ਲੈ ਕੇ ਵੀ ਜੋ ਬਿਆਨਾਂ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸਾਨੂੰ ਤਾਂ ਇਹ ਪਤਾ ਲੱਗਿਆ ਵੀ ਲੜਾਈ ਜਿਹੜੀ ਦੋ ਤਰ੍ਹਾਂ ਦੀ ਸੀ, ਜਿਹੜੇ ਮੋਹਤਵਾਰ ਫੈਸਲਾ ਕਰਾਉਣ ਗਏ ਸੀ। ਹਾਂਜੀ, ਉਹਨਾਂ ਮੋਹਤਵਾਰ ਵਿਅਕਤੀ 'ਤੇ ਸੱਟ ਲੱਗੀ ਆ, ਜੋ ਵੀ ਉਹ ਬਿਆਨ ਦਊਗਾ ਆਪਾਂ ਉਹਦੇ ਖਿਲਾਫ਼ ਬਣਨ ਦੀ ਕਾਰਵਾਈ ਕੀਤੀ ਜਾਊਗੀ।